ਮੈਂ ਗੁਰਬਾਣੀ ਕਿਉਂਕਿ ਮੈਂ ਕਿਸੇ ਹਾਂਗਾ ਤੁਸੀਂ ਹੋਰ ਕਰ ਲਿਆ ਦੂਆ ਤੋਂ ਆਇਓ ਮੈਂ ਤੁਸੀਂ ਪਾ ਕੇ ਉਸੀ ਲੈਵਲ ਦੇ ਹੋ ਕੇ ਕਿਉਂਕਿ ਇਸ ਦੇ ਵਿੱਚ ਮਿਹਨਤ ਲੋਕ ਵੀ ਸ਼ਾਮਿਲ ਨੇ ਔਰ ਸਾਡੇ ਬੱਚੇ ਬੱਚੇ ਬਹੁਤ ਸਾਰੇ ਬੱਚੇ ਜਿਹਨਾਂ ਬੱਚੇ ਕੱਲ੍ਹ ਮੈਂ ਖੁਦ ਦੇਖਿਆ ਕਿ ਉਹ ਫੁੱਟਬਾਲ ਖੇਡਦੇ ਕ੍ਰਿਕਟ ਖੇਡਣ ਲੱਗ ਗਏ ਲੇਕਿਨ ਹੁਣ ਦੇਖ ਰਹੇ ਕੋਈ ਬੱਚਾ ਸਿਗਰਟ ਪੀਂਦਾ ਪਿਆ ਕੋਈ ਪਾਊਡਰ ਪੀਂਦਾ ਕੋਈ ਸ਼ਰਾਬ ਔਰ ਇੱਕ ਨਵਾਂ ਵੀ ਨਸ਼ਾ ਦੇ ਉਹ ਆ ਸੀਗੇ ਉਸ ਆਸ ਦੇ ਅਬਰਾਹ ਮਿਹਰਬਾਨੀ ਇਸ ਤੁਸੀਂ ਕਰੋ ਸਾਡੇ ਕਿਉਂਕਿ ਇੱਥੇ ਬਹੁਤ ਸਾਰੇ ਮਸਲੇ ਹੋਏ ਅਸਾਂ ਪਤਾ ਲੱਗਿਆ ਮੈਂ ਨਾ ਨਾ ਕਿਸੇ ਦਾ ਗਿੰਦਾ ਸਭ ਕੁਝ ਪੁਲਿਸ ਵੀ ਪਤਾਰ ਵਧਿਆ ਪਤਾ ਕੌਣ ਲੋਕ ਵੇਚਦੇ ਜਿਹੜੇ ਲੋਕ ਵੇਚਦੇ ਪਕੜੋ ਨੇ ਦੋ ਕਿਲੋ ਪਕੜੀ ਸੀਗੀ ਜੀ ਨੈਨ ਸੀ ਲੱਗ ਗਿਆ ਤ੍ਰੀਏ ਚਾਲੇ ਚੌਦਾਂ ਤੁਸੀਂ ਦੇਖਦੇ ਹੋ ਉਸੇ ਗ੍ਰਾਂਚ ਵਿੱਚ ਫਿਰਦੇ ਹੋਏ ਬੜਾ ਮਿਹਰਬਾਨੀ ਕਿਉਂਕਿ ਬੱਚੇ ਸਾਡੇ ਇੱਥੇ ਉਦਮੰਦ ਹੋਏ ਅਤੇ ਗਰਾਊਂਡ ਵਾਸ ਹੋਣ ਸਾਡੇ ਬੱਚੇ ਤੁਹਾਡੇ ਇਸ ਚੀਜ਼ ਤੋਂ ਤੁਸੀਂ ਬੜਾ ਮਿਹਰਬਾਨੀ ਕੰਮ ਕਰੋ ਔਰ ਆਖਰ ਦੇ ਵਿੱਚ ਤੁਹਾਨੂੰ ਅਪੀਲ ਕਰਨਾ ਇਹ ਸਾਡੇ ਗਰਾਊਂਡ ਦੇ ਵਿੱਚ ਜਿਹੜੀ ਗੱਲ ਆ ਗਈ ਹੈ ਉਹ ਪੰਜੀਅਨ ਬਣ ਸੀ ਉਸ ਵਾਸਤੇ ਜੀ 30 ਫੁੱਟ ਜਗ੍ਹਾ ਸਾਡੀ ਉਹ ਕਮਰੇ ਫੜ ਗਏ ਉਸ ਕੋਲ ਪਿੱਛੇ ਜਗ੍ਹਾ ਨਹੀਂ ਪ੍ਰਿੰਸੀਪਲ ਸਾਹਿਬ ਮਹਿਕਮੇ ਦੇ ਬੰਦੇ ਵੀ ਜੋ ਵੀ ਸਕੂਲ ਹੈ ਉਹਨੂੰ ਆਪ ਕੇ 10-15 ਫੁੱਟ ਵਿੱਚ ਹੋਰ ਮਿਹਰਬਾਨੀ ਕਰੋ ਉਹ ਸਾਰਾ ਸਕੂਲ ਚੱਲ ਸੀ ਉਹ ਸਾਰੀ ਜ਼ਿੰਦਗੀ ਲੋਕ ਸਾਹ ਦੁਆਵਾਂ ਦੱਸੋ ਔਰ ਇਹ ਲੋਕ ਯਾਦ ਰੱਖੋ ਕਿ ਮੁਸਤਾਫ ਨੇ ਕੰਮ ਕੀਤਾ ਅਲੀ ਖਾਨ ਦੋਏ ਕੰਮ ਅੱਲਾ ਸੁਣ ਹਾਂ ਇਹ ਗੱਲ ਕਰਨੇ ਜੀ ਮੁਸਤਾਫ ਸਾਹਿਬ ਸਕੂਲ ਦੇ ਕਰਦੇ ਹੋ ਸਕੂਲ ਮਹਿਕਮੇ ਵਿੱਚ ਐਨ ਤਰੀਮ ਦਾ ਵਜ਼ੀਰ ਵੀ ਸਾਡਾ ਦੋਸਤ ਤੁਸੀਂ ਗੱਡੇ ਬਣ ਜਾਓ ਬੜਾ ਮਿਹਰਬਾਨੀ ਸਾਡਾ ਹਾਇਰ ਸੈਕੰਡਰੀ ਸਕੂਲ ਬੱਚਿਆਂ ਦਾ ਔਰ ਇਹ ਹਾਈ ਸਕੂਲ ਇਸ ਦਾ 14 BA ਦਾ ਕਰੋ ਬੜਾ ਮਿਹਰਬਾਨੀ ਕਰਕੇ ਇਹ ਕਰੋ ਲਾਗੂ ਸ਼ੁਕਰੀਆ ਦੋ ਹਾਇਰ ਸੈਕੰਡਰੀ